ਵਿਧਾਨ ਸਭਾ ਹਲਕਾ ਫਿਲੌਰ ਦੇ ਪਿੰਡ ਮੰਡੀ ਵਿਖੇ ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਕੈਂਪ ਲਗਾਇਆ ਗਿਆ। ਕੈਂਪ ਵਿੱਚ ਨਗਰ ਨਿਵਾਸੀਆਂ ਨੇ ਸਰਕਾਰ ਵੱਲੋਂ ਚਲਾਈਆਂ 44 ਸਕੀਮਾਂ ਦਾ ਮੌਕੇ 'ਤੇ ਲਾਭ ਲਿਆ। ਕੈਂਪ ਦਾ ਨਿਰੀਖਣ ਕਰਨ ਲਈ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਸਾਥੀਆਂ ਸਮੇਤ ਵਿਸ਼ੇਸ਼ ਤੌਰ 'ਤੇ ਪੁੱਜੇ, ਜਿੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪ ਦੀ ਸਰਕਾਰ ਵੱਲੋਂ ਜੋ ਲੋਕਾਂ ਨਾਲ ਚੋਣਾਂ ਵੇਲੇ ਵਾਅਦੇ ਕੀਤੇ ਸਨ ਇੱਕ ਇੱਕ ਕਰਕੇ ਪੂਰੇ ਕੀਤੇ ਜਾ ਰਹੇ ਹਨ। ਅੱਜ ਵੀ ਜਿੱਥੇ ਪਿੰਡ ਮੰਡੀ ਵਿਖੇ ਆ ਕੇ ਪਿੰਡ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਵੱਖ ਵੱਖ ਮਹਿਕਮਿਆਂ ਦੇ ਅਫਸਰ ਸਹਿਬਾਨਾਂ ਵੱਲੋਂ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਹਲਫੀਆ ਬਿਆਨ ਤਸਦੀਕ, ਲਾਭਪਾਤਰੀਆਂ ਦਾ ਵਜ਼ੀਫਾ, ਪੰਜਾਬ ਨਿਵਾਸ ਸਰਟੀਫਿਕੇਟ, ਜਾਤੀ ਸਰਟੀਫਿਕੇਟ, SC, ਉਸਾਰੀ ਮਜ਼ਦੂਰ ਦੀ ਰਜਿਸਟ੍ਰੇਸ਼ਨ, ਬੁਢਾਪਾ ਪੈਨਸ਼ਨ ਸਕੀਮ ਅਤੇ ਹੋਰ ਵੀ ਲੋੜ ਅਨੁਸਾਰ ਪੇਪਰ ਤਿਆਰ ਕਰਕੇ ਦਿੱਤੇ ਗਏ। ਇਸ ਮੌਕੇ ਆਮ ਆਦਮੀ ਪਾਰਟੀ ਸੀਨੀਅਰ ਆਗੂ ਜਤਿੰਦਰ ਸਿੰਘ ਕਾਲਾ ਮੰਡੀ, ਗੁਰਪ੍ਰੀਤ ਸਿੰਘ ਮੰਡੀ, ਬਲਵੀਰ ਸਿੰਘ ਸ਼ੋਕਰ, ਮਾਸਟਰ ਬਲਵੀਰ ਸਿੰਘ ਮੋਹਰੋਂ, ਮਾਸਟਰ ਹਰਵਿੰਦਰ ਸਿੰਘ ਅਪਰਾ, ਹਰਵਿੰਦਰ ਡਿੰਪੀ ਅਤੇ ਇਲਾਕੇ ਭਰ ਦੇ ਆਗੂਆਂ ਨੇ ਬਹੁਤ ਗੰਭੀਰਤਾ ਦੇ ਨਾਲ ਜ਼ਿੰਮੇਵਾਰੀ ਨਿਭਾਈ। ਬੁੜਾ ਸਾਹਿਬ, ਗੱਲ ਇਸ ਤਰ੍ਹਾਂ ਹੈਗਾ, ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਅੱਜ 6 ਕੈਂਪ ਜਿਹੜੇ ਹੈਗੇ ਆ ਉਹ ਚੱਲ ਰਹੇ ਨੇ। ਮੈਂ ਮਹਿਲਾ ਪਿੰਡ ਦੇ ਵਿੱਚ ਗਿਆ ਸੀਗਾ, ਤਕਰੀਬਨ 250 ਜਿਹੜੇ ਲੋਕ ਜਿਹੜੇ ਸੀਗੇ ਉੱਥੇ ਆਏ ਸੀ ਆਪਣੀ ਸਮੱਸਿਆਵਾਂ ਜਾਂ ਆਪਣੇ ਜਿਹੜੇ ਮੈਂ ਕੰਮ ਕਰਵਾਉਣ ਲਈ। ਫਿਰ ਵਾਰਡ ਨੰਬਰ 1 ਅਤੇ 2 ਦਾ ਗ੍ਰਾਈ ਲੱਗਾ ਸੀਗਾ, ਉੱਥੇ ਵੀ ਬਹੁਤ ਭਰਮਾ ਹੰਗਾਰਾ ਸੀ। ਹੁਣ ਆਪਾਂ ਇਸ ਵੇਲੇ ਜਿਹੜਾ ਹੈ ਮੰਡੀ ਪਿੰਡ ਦੇ ਵਿੱਚ ਜਿਹੜਾ ਸਰਕਾਰੀ ਪ੍ਰਾਇਮਰੀ ਸਕੂਲ ਹੈਗਾ ਉਸ ਦੇ ਵਿੱਚ ਜਿਹੜਾ ਹੈਗਾ ਸਾਡਾ ਕੈਂਪ ਚੱਲ ਰਿਹਾ ਹੈਗਾ। ਲੋਕ ਇੱਥੇ ਆਣ ਕੇ ਜਿਹੜਾ ਹੈਗਾ ਆਪਣੀਆਂ ਸਮੱਸਿਆਵਾਂ ਦੱਸਦੇ ਨੇ, ਔਰ ਜਿਹੜੀਆਂ ਸਰਕਾਰ ਨੇ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਹੋਰਾਂ ਨੇ ਜਿਹੜੀਆਂ 43 ਸਕੀਮਾਂ ਜਿਹੜੀਆਂ ਅਸੀਂ ਸ਼ੁਰੂ ਕੀਤੀਆਂ ਸੀਗੀਆਂ ਵੀ ਅਸੀਂ ਲੋਕਾਂ ਦੀਆਂ ਘਰਾਂ ਤੱਕ, ਲੋਕਾਂ ਦੇ ਬਰੂਹੇ ਦਰਵਾਜ਼ਿਆਂ ਤੱਕ ਜਾ ਕੇ ਜਿਹੜਾ ਹੈਗਾ ਉਹ ਮਸਲੇ ਹੱਲ ਕਰਾਵਾਂਗੇ। ਆਪ ਦੀ ਸਰਕਾਰ ਆਪ ਦੇ ਦੁਆਰ ਦੇ ਨਾਂ 'ਤੇ ਜਿਹੜਾ ਹੈਗਾ ਅੱਜ ਇੱਥੇ ਕੈਂਪ ਦੇ ਵਿੱਚ ਜਿਹੜੇ ਹੈਗੇ ਸਾਡੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਗਣ ਨੇ, ਔਰ ਸਾਡੇ ਇਸ ਕੈਂਪ ਦੇ ਜਿਹੜੇ ਕੋਆਰਡੀਨੇਟਰ ਨੇ ਸਾਡੇ ਅਫਸਰ ਨੇ ਸੁਨੀਤਾ ਖਿੱਲਣ ਜੀ ਨੈਬ ਤਹਿਸੀਲਦਾਰ ਫਲੌਰ ਤੋਂ ਨੇ, ਔਰ ਇਹਨਾਂ ਦੇ ਕੋਲ ਵੱਖ ਵੱਖ ਵਿਭਾਗਾਂ ਰਾਹੀਂ ਜਿਹੜੇ ਵੀ ਕੰਮ ਕਰਵਾਉਣ ਦੇ ਲੋਕ ਆਏ ਆ ਉਹ ਕਰ ਰਹੇ ਨੇ। ਮੈਂ ਇੱਕੋ ਗੁਜ਼ਾਰਿਸ਼ ਕਰਦਾ ਹਾਂ, ਜਿੱਥੇ ਵੀ ਕੈਂਪ ਲੱਗਦਾ ਹੈ ਉਸ ਤੋਂ 1 ਦਿਨ 2 ਦਿਨ ਪਹਿਲਾਂ ਜਿਹੜੇ ਪਿੰਡ ਦੀਆਂ ਪੰਚਾਇਤਾਂ ਨੇ, ਆਮ ਆਦਮੀ ਪਾਰਟੀ ਦੇ ਦਰਜਾ ਬਦਰਜਾ ਲੀਡਰ ਸਾਹਿਬਾਨ ਨੇ, ਜਿਸ ਤਰ੍ਹਾਂ ਸਾਡੇ ਜਤਿੰਦਰ ਕਾਲਾ ਜੀ ਆ ਇੱਥੋਂ ਆ, ਸਾਡੇ ਬਲੋਕ ਪ੍ਰਧਾਨ ਬਲਵੀਰ ਸਿੰਘ ਜੀ ਆ, ਆਪਣੇ ਤੋਂ ਸਾਡੇ ਸਾਥੀ ਨੇ, ਮੈਂ ਇਹਨਾਂ ਨੂੰ ਵੀ ਗੁਜ਼ਾਰਿਸ਼ ਕਰਕੇ ਚੱਲਿਆ ਹਾਂ ਵੀ ਤੁਸੀਂ ਅੱਜ ਤੋਂ ਹੀ ਪਿੰਡ ਦੇ ਗੁਰਦੁਆਰਿਆਂ ਦੇ ਮੰਦਰਾਂ ਮਸਜਿਦਾਂ ਦੇ ਰਾਹੀਂ ਜਿਹੜੀ ਹੈਗੀ ਆ ਤੁਸੀਂ ਮਨਾਦੀ ਕਰਾਓ, ਤੁਸੀਂ ਅਨਾਊਂਸਮੈਂਟ ਕਰਾਓ, ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਜਾਗਰੂਕ ਜ਼ਰੂਰ ਕਰੋ ਕਿ ਤੁਹਾਡੇ ਪਿੰਡ ਦੇ ਵਿੱਚ ਇਸ ਤਰੀਕ ਨੂੰ ਜਿਹੜਾ ਹੈਗਾ ਉਹ ਕੈਂਪ ਲੱਗ ਰਿਹਾ ਆ। ਕੈਂਪਾਂ ਦਾ ਸ਼ਡਿਊਲ ਜਿਹੜਾ ਅਸੀਂ ਬਲੋਕ ਪ੍ਰਧਾਨਾਂ ਨੂੰ ਜਿਹੜਾ ਦੇ ਦੇਣਾ ਹੈਗਾ ਤਾਂ ਕਿ ਉਹਨਾਂ ਨੂੰ ਲੋਕਾਂ ਨੂੰ ਇਹ ਪਤਾ ਲੱਗ ਸਕੇ ਵੀ ਕੱਲ੍ਹ ਨੂੰ ਅਸੀਂ ਜਿਹੜਾ ਹੈਗਾ ਆਪਣਾ ਕੋਈ ਆਮਦਨ ਸਰਟੀਫਿਕੇਟ ਬਣਾਉਣਾ ਆ ਜਾਂ ਕੋਈ SC ਸਰਟੀਫਿਕੇਟ ਬਣਾਉਣਾ ਆ ਜਾਂ ਕੋਈ ਡੋਮੀਸਾਈਲ ਸਰਟੀਫਿਕੇਟ ਬਣਾਉਣਾ ਆ ਜਾਂ ਅਸੀਂ ਕੋਈ ਫਰਜ਼ ਕਢਵਾਉਣੀ ਹੈ ਜਾਂ ਕੋਈ ਹੋਰ ਕੰਮ ਕਰਾਉਣਾ ਆ, ਉਸ ਦੇ ਨਾਲ ਸਪੋਰਟਿੰਗ ਡਾਕੂਮੈਂਟ ਜਿਹੜੇ ਹੈਗੇ ਉਹ ਲੈ ਕੇ ਜਿਹੜੇ ਹੈਗੇ ਲੋਕ ਉੱਥੇ ਆਉਣਗੇ ਔਰ ਤੁਰੰਤ ਜਿਹੜਾ ਹੈਗਾ ਕੰਮ ਹੋਏਗਾ। ਮੈਨੂੰ ਤਾਂ ਇੱਕ ਬਹੁਤ ਵੱਡੀ ਖੁਸ਼ੀ ਦੀ ਗੱਲ ਹੋਈ ਗੁਰਾ ਸਾਹਿਬ, ਇੱਥੇ ਕਲੋਈ ਪਰਿਵਾਰ ਤੋਂ ਸਾਡੇ ਮੈਡਮ ਨੇ, ਇੱਥੇ ਜਿਹੜੇ ਟੀਚਰ ਵੀ ਨੇ, ਉਹਨਾਂ ਨੇ ਅੱਜ 1-2 ਸਰਟੀਫਿਕੇਟ ਅਪਲਾਈ ਕੀਤੇ, ਇੱਕ ਡੋਮੀਸਾਈਲ ਅਤੇ ਕਾਸਟ ਸਰਟੀਫਿਕੇਟ। ਮੌਕੇ 'ਤੇ ਹੀ ਜਦੋਂ ਅਪਲਾਈ ਕੀਤਾ ਆ ਮੌਕੇ 'ਤੇ ਸਾਡੇ ਇੱਥੇ ਜਿਹੜੇ ਪਟਵਾਰੀ ਸਾਹਿਬਾਨ ਨੇ ਉਹਨਾਂ ਨੇ ਤਸਦੀਕ ਕਰ ਦਿੱਤਾ ਅਤੇ ਤੁਰੰਤ ਜਿਹੜਾ ਹੈਗਾ ਮੈਡਮ ਸੁਨੀਤਾ ਖਿੱਲਣ ਜੀ ਉਹਨਾਂ ਨੇ ਜਿਹੜਾ ਹੈਗਾ ਉਹ ਸਰਟੀਫਿਕੇਟ ਦੋਨੇ ਹੀ ਜਿਹੜੇ ਹੈਗੇ ਉਹ ਤਿਆਰ ਕਰਤੇ ਆ। ਮੈਨੂੰ ਉਸਨੇ ਉਹ ਭੈਣ ਨੇ ਦਿਖਾਏ ਸਰਟੀਫਿਕੇਟ, ਬਹੁਤ ਹੀ
ਵੱਡਾ ਜਿਹੜਾ ਕੰਮ ਆ ਘਰ ਮੂਹਰੇ ਆ ਕੇ ਜਿਹੜਾ ਹੈਗਾ ਪੰਜਾਬ ਸਰਕਾਰ ਜਿਹੜਾ ਕਰਵਾ ਰਹੀ ਹੈ, ਸੋ ਵੱਧ ਤੋਂ ਵੱਧ ਜਿਹੜਾ ਹੈਗਾ ਲਾਹਾ ਲੈਣਾ ਚਾਹੀਦਾ ਹੈਗਾ। ਮੈਂ ਸਮੂਹ ਜਨਤਾ ਨੂੰ ਬੇਨਤੀ ਕਰਦਾ ਹਾਂ ਤੁਹਾਡੇ ਮਾਧਿਅਮ ਰਾਹੀਂ, ਕਿਉਂਕਿ ਤੁਸੀਂ ਲੋਕਤੰਤਰ ਦੇ ਥੰਮ ਹੋ, ਤੁਸੀਂ ਲੋਕਾਂ ਨੂੰ ਜਾਗਰੂਕ ਕਰਕੇ ਜਿਹੜਾ ਹੈਗਾ ਇਸ ਪ੍ਰੋਗਰਾਮ ਜਿਹੜਾ ਹੈਗਾ ਆਪ ਦੀ ਸਰਕਾਰ ਆਪ ਦੇ ਦੁਆਰ ਇਹਨੂੰ ਸਫਲ ਕਰਨਾ ਆ, ਤਾਂ ਕਿ ਲੋਕਾਂ ਦੀ ਖੱਜਲ ਖੁਆਰੀ ਜਿਹੜੀ ਹੈਗੀ ਆ ਦਫ਼ਤਰਾਂ ਦੇ ਵਿੱਚੋਂ ਘਟੇ, ਔਰ ਲੋਕ ਜਿਹੜੇ ਹੈਗੇ ਆ ਪੈਸੇ ਆਉਣ ਜਾਣ 'ਤੇ ਬੱਸਾਂ ਦੇ ਖਰਚ ਕਰਦੇ ਆ ਉਹ ਸਾਰਾ ਕੰਮ ਘਟੇ। ਸੋ ਇਹ ਸਾਡੇ ਸਮੁੱਚੇ ਜਿਹੜੇ ਹੈਗੇ ਆ 140 ਪਿੰਡਾਂ ਦੇ ਵਿੱਚ ਜਿਹੜੇ ਹੈਗੇ ਆ ਵੱਖ ਵੱਖ ਦਿਨਾਂ ਦੇ ਵਿੱਚ ਜਿਹੜੇ ਹੈਗੇ ਅਸੀਂ ਇਹ ਕੈਂਪ ਲਗਵਾਉਣੇ ਆ, ਔਰ ਸਾਰੀ ਜਨਤਾ ਦੇ ਜਿਹੜੇ ਹੈਗੇ ਆ ਘਰਾਂ 'ਚ ਜਾ ਕੇ ਜਿਹੜੇ ਕੰਮ ਲਗਵਾਉਣੇ ਆ। ਧੰਨਵਾਦ। ਮੇਰਾ ਜਨਮ ਸਰਟੀਫਿਕੇਟ ਦਾ ਸੀਗਾ ਜੀ, ਅਤੇ ਉਹਦੇ ਉੱਤੇ ਤਰੀਕ ਚੇਂਜ ਕਰਵਾਉਣੀ ਸੀ, 1 ਤੋਂ 2 ਕਰਨੀ ਸੀ, ਅਤੇ ਮੇਰੇ ਨਾਂ ਦੇ ਵਿੱਚ ਗਲਤੀ ਸੀਗੀ, ਨਾਮ ਦੇ ਵਿੱਚ ਗਲਤੀ ਹੋਣ ਕਾਰਨ ਅਤੇ ਮੈਂ ਇਹਨਾਂ ਦੇ ਕੋਲ ਆਇਆ। ਤੁਸੀਂ ਕਰ ਲਓ। ਉਹਨਾਂ ਨੇ ਮੇਰੀ ਪੂਰੀ ਮੇਰੀ ਗੱਲ ਸੁਣੀ, ਮੇਰੀ ਪ੍ਰੋਬਲਮ ਸੁਣੀ ਆ, ਉਹਨਾਂ ਨੇ ਹੱਲ ਕੱਢਿਆ, ਹੱਲ ਕੱਢ ਕੇ ਮੈਨੂੰ ਔਨਲਾਈਨ ਕਰ ਦਿੱਤਾ ਮੇਰਾ ਸਾਰਾ ਹੀ। ਅਤੇ ਉਹਨਾਂ ਨੇ ਕੰਮ ਹੋਣ ਤੋਂ ਬਾਅਦ ਮੇਰੇ ਤੋਂ ਫੀਸ ਲਈ ਆ। ਫੀਸ ਕਿੰਨੀ ਲਈ? 80 ਰੁਪਈਏ ਮੇਰੇ ਤੋਂ ਫੀਸ ਲਈ ਆ ਜੀ। ਫੀਸ ਲੈ ਕਰਕੇ ਸਰਟੀਫਿਕੇਟ ਤੁਹਾਨੂੰ ਕਦੋਂ ਮਿਲਣਾ? ਦੱਸਿਆ ਹੈ ਕਿ ਸਰਟੀਫਿਕੇਟ ਤੁਹਾਨੂੰ ਹਫ਼ਤੇ ਬਾਅਦ ਮਿਲ ਜਾਊਗਾ ਜਾਂ ਔਨਲਾਈਨ ਤੁਹਾਨੂੰ ਮੈਸੇਜ ਆਊਗਾ। ਉਸ ਤੋਂ ਬਾਅਦ ਤੁਸੀਂ ਕਿਤੋਂ ਵੀ ਕਢਵਾ ਸਕਦੇ ਹਾਂ, ਤੁਸੀਂ ਕਿਸੇ ਵੀ ਪਿੰਡ ਤੋਂ ਜਾਂ ਫਲੋਰ ਤੋਂ ਸੁਵਿਧਾ ਕੇਂਦਰ ਤੋਂ ਜਾ ਕੇ ਕਿਤੋਂ ਵੀ ਕਢਵਾ ਸਕਦੇ ਹਾਂ। ਹਫ਼ਤੇ ਦਾ ਟਾਈਮ? ਹਾਂਜੀ, ਹਫ਼ਤੇ ਦਾ ਟਾਈਮ ਦਿੱਤਾ ਜੀ। ਠੀਕ ਹੈ। ਅਸੀਂ ਨਾ ਧੰਨਵਾਦ ਕਰਦੇ ਹਾਂ ਪਿੰਡ ਆਇਆਂ ਦਾ, ਸਾਰਿਆਂ ਦਾ ਬਿਲਕੁਲ ਧੰਨਵਾਦ ਕਰਦੇ ਹਾਂ ਜੀ, ਜੋ ਸਾਡੀ ਪਿੰਡ ਦੀਆਂ ਜੋ ਸਮੱਸਿਆਵਾਂ ਆ ਤੁਸੀਂ ਪਿੰਡ ਆ ਕੇ ਸਾਡੀਆਂ ਸੁਣ ਰਹੇ ਹਾਂ, ਅਸੀਂ ਸਰਕਾਰ ਦਾ ਇਸਦਾ ਧੰਨਵਾਦ ਕਰਦੇ ਹਾਂ ਜੀ। ਅੱਜ ਵੈਸੇ ਅਪਲਾਈ ਹੋਇਆ ਤੁਹਾਡਾ? ਅਪਲਾਈ ਹੋਇਆ, ਜੇ ਅਪਲਾਈ ਹੋਊਗਾ ਤਾਂ ਅਸੀਂ ਧੰਨਵਾਦ ਇਸ ਕਰਕੇ ਕਰਦੇ ਹਾਂ। ਅਪਲਾਈ ਹੋਇਆ ਅੱਜ? ਅਪਲਾਈ ਹੋਇਆ। ਬਾਕੀ ਜਦੋਂ ਸਰਟੀਫਿਕੇਟ ਤੁਹਾਨੂੰ ਮਿਲੇਗਾ ਕਿੰਨਾ ਟਾਈਮ ਦਿੱਤਾ? ਹਫ਼ਤੇ ਦਾ ਟਾਈਮ ਦਿੱਤਾ ਜੀ। ਦੇਖੋ ਕਿੰਨੀ ਵੱਡੀ ਮਤਲਬ ਜਿਹੜੀ ਹੈਗੀ ਆ ਗੁੜਾ ਸਾਹਿਬ, ਕਿੰਨਾ ਮਤਲਬ ਜਿਹੜਾ ਹੈਗਾ ਇਹਨਾਂ ਦਾ। ਇਹ ਲੋਈ ਮੈਡਮ ਨੇ ਇੱਥੇ ਸਕੂਲ ਦੇ ਵਿੱਚ ਅਧਿਆਪਕ ਦੇ ਪੜ੍ਹਾਉਂਦੇ ਨੇ, ਇਹਨਾਂ ਨੇ ਆਪਣੇ ਜਿਹੜਾ ਵਸਨੀਕ ਸਰਟੀਫਿਕੇਟ ਇੱਥੇ ਅਪਲਾਈ ਕੀਤਾ ਸੀ ਔਰ SC ਸਰਟੀਫਿਕੇਟ ਕੀਤਾ ਸੀ, ਔਰ ਮੌਕੇ 'ਤੇ ਹੀ ਇੱਥੇ ਜਿਹੜਾ ਸਰਟੀਫਾਈ ਕਰਾ ਕੇ ਸੰਬੰਧਿਤ ਪਟਵਾਰੀਆਂ ਨੇ ਇਹ ਸਰਟੀਫਿਕੇਟ ਜਿਹੜਾ ਹੈਗਾ ਇਹਨਾਂ ਨੂੰ ਅੱਧੇ ਘੰਟੇ ਦੇ ਵਿੱਚ ਜਿਹੜਾ ਹੈਗਾ ਤਿਆਰ ਕਰਕੇ ਜਿਹੜਾ ਦੇ ਦਿੱਤਾ। ਆ ਸਾਡੀਆਂ ਮਾਤਾਵਾਂ ਭੈਣਾਂ ਜਿਹੜੀਆਂ ਸਾਰੀਆਂ ਖੜੀਆਂ ਨੇ, ਔਰ ਇਹ ਵੀ ਆਪੋ ਆਪਣੇ ਕਰਮ ਦੇ ਵਿੱਚ ਜਿਹੜਾ ਇਹ ਕੰਮ ਅੱਜ ਕਰਵਾ ਕੇ ਜਾਣਗੇ। ਸੂਬੇ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਹੋਰਾਂ ਦੀ ਅਗਵਾਈ ਦੇ ਵਿੱਚ ਇਹ ਜਿਹੜਾ ਬਹੁਤ ਹੀ ਵੱਡਾ ਉਪਰਾਲਾ, ਬਹੁਤ ਹੀ ਵੱਡਾ ਯਤਨ ਆਪ ਦੀ ਸਰਕਾਰ ਆਪ ਦੇ ਦੁਆਰ ਉਹਦੇ ਅਧੀਨ ਜਿਹੜੇ ਹੈਗੇ ਆ ਵੱਖ ਵੱਖ ਪਿੰਡਾਂ ਦੇ ਵਿੱਚ, ਜਿਸ ਤਰ੍ਹਾਂ ਮੰਡੀ ਦੇ ਵਿੱਚ ਵੀ ਕੈਂਪ ਆ, ਗਰਾਇਆਂ 1-2 ਦੇ ਵਿੱਚ, ਵਾਰਡਾਂ 'ਚ, ਬਾਰਾਂ ਦੇ ਵਿੱਚ ਦੇਖਿਆ ਹੈਗਾ, ਬਹਾਵਰ ਦੇਖਿਆ ਹੈਗਾ, ਲੋਕਾਂ ਦੇ ਵਿੱਚ ਬਹੁਤ ਹੀ ਭਾਰੀ ਉਤਸ਼ਾਹ ਆ। ਅਸੀਂ ਅਗਲੇ ਕੈਂਪਾਂ ਦੇ ਵਿੱਚ ਸਾਡੇ ਜਿਹੜੇ ਹੈਗੇ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਆਈਆਂ, ਪੰਚਾਇਤਾਂ ਨੇ, ਸਾਡੇ ਆਮ ਆਦਮੀ ਪਾਰਟੀ ਦੇ ਲੀਡਰ ਦਰਜਾ ਦਰਜਾ ਜਿਹੜੇ ਹੈਗੇ ਆ ਸਹਿਬਾਨ ਨੇ, ਉਹਨਾਂ ਦੇ ਮਾਧਿਅਮ ਰਾਹੀਂ ਅਸੀਂ ਪਿੰਡਾਂ ਨੂੰ ਜਾਗਰੂਕ ਕਰਾਂਗੇ। ਉਹਨਾਂ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਘਰਾਂ ਤੱਕ ਜਾ ਕੇ ਪੈਂਫਲੇਟ ਦੇਣਗੇ ਕਿ ਆਹ 43 ਸਕੀਮਾਂ ਵੀ ਤੁਸੀਂ ਜਿਹੜਾ ਹੈਗਾ ਲਾਹਾ ਲਓਗੇ, ਇਹਨਾਂ ਤੋਂ ਬਿਨਾਂ ਵੀ ਤੁਹਾਨੂੰ ਕੋਈ ਲੋੜ ਆ ਕੰਮ ਦੀ, ਉਹ ਵੀ ਇਹ ਅਧਿਕਾਰੀ ਗਣ ਜਿਹੜਾ ਹੈਗਾ ਖਾਲੀ ਤਿਆਰ ਆ। ਸੋ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਜਿਹੜਾ ਹੈ ਲੋਕ ਜਿਹੜਾ ਹੈਗਾ ਇਹਨਾਂ ਕੈਂਪਾਂ ਦਾ ਜਿਹੜਾ ਹੈਗਾ ਲਾਹਾ ਲੈਣ, ਔਰ ਜਿਹੜੀ ਕਿ ਆਪਣੀ ਵੱਖ ਵੱਖ ਜਿਹੜੇ ਸ਼ਹਿਰਾਂ ਦੇ ਵਿੱਚ ਜਾ ਕੇ
ਜਿਹੜੀਆਂ ਦਿਹਾੜੀਆਂ ਭੰਨਣੀਆਂ, ਆਪਣੇ ਜਿਹੜਾ ਹੈਗਾ ਆ ਪੈਸੇ ਦਾ ਨੁਕਸਾਨ ਕਰਨਾ ਹੈਗਾ, ਉਹ ਤੋਂ ਬਚਣ ਦੇ ਲਈ ਇਹ ਜਿਹੜੀ ਹੈਗੀ ਆ ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈਗੀ ਆ ਆਪ ਦੀ ਸਰਕਾਰ ਆਪ ਦੇ ਦੁਆਰ ਦੇ ਉੱਤੇ ਜਿਹੜੇ ਕੰਮ ਕਰ ਰਹੀ ਆ ਇਹਦਾ ਵੱਧ ਤੋਂ ਵੱਧ ਜਿਹੜਾ ਹੈਗਾ ਬੈਨੀਫਿਟ ਲਿਆ ਜਾਵੇ। ਧੰਨਵਾਦ।